लापरवाही नाल गड्डी चलाउणा ते बेकाबू हो के गड्डियां दा किसी दुकान या किसी घर दे विच वड़ जाणा अक्सर ये खबरां सामने आउंदियां ने। पर ताज़ा मामला सामने आया पटियाला दा, जिथे भीड़ भरे बाजार रागो माजरा विच हुल्लड़बाजी करदे होए होंडा सिटी कार चला रहे नौजवान वल्लों कार कंट्रोल तो बाहर हो गई ते सामने दुकान विच जा वड़ी। तस्वीरां विच वेख्या जा सकदा है कि किवें रिक्शा नूं फेट मार गड्डी दुकान विच चली गई। बेशक इस उत्ते पुलिस ने कार्रवाई करदे गड्डी कब्जे विच लैके लापरवाही नाल गड्डी चलाउण दा मामला दर्ज कर लिया। हालांकि इस दौरान किसी भी जानी नुकसान तो बचा रहा। इस नाल ही गड्डी विच बैठे बच्चे भी सुरक्षित बच गए, पर अजिही लापरवाही कई बार वड्डे हादसों का कारण बन जाती है। ਕੀ ਨਾਮ ਹੈ? ਗੁਰਪ੍ਰੀਤ ਸਿੰਘ ਜੀ। ਕਿਹੜੀ ਸ਼ੋਪ ਆਪਣੀ? ਕੀ ਰਾਗੂ ਮਜਰਾ ਜੀ, ਬੁੜਾ ਸਕੂਲ ਦੇ ਸਾਹਮਣੇ ਸ਼ੋਪ ਆਪਣੀ। ਕੀ ਹੋਇਆ ਜੀ? ਇੱਥੇ ਬੰਦਾ ਗੱਡੀ ਲੈ ਕੇ ਆ ਰਿਹਾ ਸੀਗਾ, ਬੱਚੇ ਬਿਠਾਏ ਸੀ ਵਿੱਚ, ਹੁੱਲੜਬਾਜੀ ਕਰਦਾ ਆ ਰਿਹਾ ਸੀਗਾ, ਉਧਰੋਂ ਰਿਕਸ਼ਾ ਆ ਗਿਆ, ਵਿੱਚ ਫੈਮਿਲੀ ਬੈਠੀ ਸੀ, ਬੱਚਾ ਸੀ ਛੋਟਾ ਜਿਹਾ, ਲੇਡੀ ਸੀਗੀ, ਲਿਆ ਕੇ ਰਿਕਸ਼ੇ ਨੂੰ ਬਚਾਉਂਦਾ ਬਚਾਉਂਦਾ ਰੇਸ 'ਤੇ ਬੈਠਦਾ ਕੇ ਵਿੱਚ ਮਾਰੀ ਲਿਆ ਕੇ ਬੈਠੀ। ਕਿਹੜੀ ਵੱਜੀ ਆ? ਸ਼ੀਸ਼ੇ ਦਾ ਨੁਕਸਾਨ ਹੋਇਆ ਆਪਣੀ? ਕਿਸੇ ਦੁਕਾਨ ਕਨਫੈਕਸ਼ੀ ਦੁਕਾਨ ਹੈ ਜੀ। ਦੇਖੋ ਸ਼ੀਸ਼ੇ ਦਾ ਸਾਰਾ ਨੁਕਸਾਨ ਹੋਇਆ, ਦੋ ਫਰਿੱਜ ਟੁੱਟ ਗਏ, ਪਿੱਛੇ ਸ਼ੀਸ਼ੇ ਦਾ ਕਾਊਂਟਰ ਟੁੱਟ ਗਿਆ, ਬਾਕੀ ਸਮਾਨ ਕਨਫੈਕਸ਼ਨ। ਕਿਹੜੀ ਗੱਡੀ ਸੀ, ਕੀ ਕਰਨਾ? ਕੋਈ ਨਸ਼ੇ ਵਿੱਚ ਸੀਗਾ, ਕੀ ਕਰਨੀ? ਨਹੀਂ, ਨਸ਼ੇ 'ਚ ਤਾਂ ਨਹੀਂ ਸੀ, ਰਿਕਸ਼ਾ ਆ ਗਿਆ ਅਚਾਨਕ ਉਹਦੇ ਅੱਗੇ, ਉਹ ਬ੍ਰੇਕ ਕਹਿੰਦਾ, ਬ੍ਰੇਕ ਦੀ ਥਾਂ 'ਤੇ ਰੇਸ ਦੱਬੀ, ਕੀ ਕਹਿੰਦਾ ਉਹਦੇ ਕਰਕੇ ਵੀ ਸੀਗੇ ਉਹਦੇ 'ਚ ਗੱਡੀ 'ਚ ਬੱਚੇ ਹੋਈ, ਮਹੱਲੇ 'ਤੇ ਬਿਠਾਏ, ਉਲੜਬਾਜੀ ਕਰਦਾ ਆ ਰਿਹਾ ਸੀਗਾ। ਗੱਡੀ ਸਾਨੂੰ ਚੋਟ ਵਗੈਰਾ ਲੱਗੀ? ਹਾਂ, ਚੋਟ ਇੱਕ 'ਤੇ ਲੱਗੀ, ਸੱਤ ਟਾਂਕੇ ਲੱਗੇ ਬੱਚੇ ਦੇ, ਪਤਾ ਨਹੀਂ ਸਿਰ 'ਤੇ ਲੱਗੇ। ਸ਼ੈਵਰਲੈਟ ਵਾਲੇ ਦੀ ਗੱਡੀ ਹੈ ਜੀ। ਕਿੰਨਾ ਕੁ ਨੁਕਸਾਨ ਹੋ ਗਿਆ? ਨੁਕਸਾਨ ਦੇਖੋ ਜੀ, 18,000 ਦਾ ਮੇਰਾ ਸ਼ੀਸ਼ਾ ਹੈ, ਦੋ ਫਰਿੱਜ ਖਰਾਬ ਹੋ ਗਏ, ਪਿਛਲਾ ਸ਼ੀਸ਼ਾ ਟੁੱਟ ਗਿਆ, 40-50,000 ਰੁਪਏ ਦਾ ਨੁਕਸਾਨ ਹੋ ਜਾਊਗਾ। ਵੀਰ ਜੀ, ਮੇਰਾ ਤਰਨਜੀਤ ਸਿੰਘ ਨਾਮ ਹੈ ਜੀ। ਮੈਂ ਆਪਣੀ ਸ਼ੋਪ 'ਤੇ ਖੜਾ ਸੀਗਾ, ਆਪਣੀ ਸ਼ੋਪ 'ਤੇ ਖੜਾ, ਇਹ ਬਹੁਤ ਤੇਜ਼ ਗਲੀ 'ਚੋਂ ਗੱਡੀ ਲੈ ਕੇ ਆਇਆ, ਇਹਦੇ ਕੋਲ ਗੱਡੀ ਕੰਟਰੋਲ ਨਹੀਂ ਹੋਈ, ਇਹ ਨਵਾਂ ਨਵਾਂ ਗੱਡੀ ਚਲਾਉਣਾ ਸਿੱਖਿਆ, ਠੀਕ ਹੈ ਜੀ, ਸਿੱਧੀ ਲਿਆ ਕੇ ਇਹਨੇ ਗੱਡੀ ਦੁਕਾਨ 'ਚ ਮਾਰੀ। ਘੱਟ ਉਮਰ ਦਾ ਸੀ ਮੁੰਡਾ? ਨਹੀਂ, ਉਮਰ ਦਾ ਸਿਆਣੀ, ਉਮਰ ਦਾ 40 ਸਾਲ ਨਾ ਨਾ ਹੈਗਾ ਜੀ, 50-55 ਸਾਲ ਦਾ। ਤੇ ਵੀਰ ਜੀ, 50-55 ਸਾਲ ਬੱਚੇ ਇਹਨਾਂ ਵਿੱਚੇ, ਮੱਲੇ ਵਾਲੇ ਦੇ ਬੱਚੇ 7-8 ਬੱਚੇ ਮੈਂ ਕੱਢੇ ਆ ਜੀ, ਜਿਹੋ ਇੱਕ ਬੱਚੇ ਟਾਂਕੇ ਲੱਗੇ ਆ ਜੀ, ਠੀਕ ਹੈ ਜੀ, ਉਧਰ ਸਹਾਰਾ ਹਸਪੀਟਲ ਦੇ ਵਿੱਚ 2-4 ਬੱਚਿਆਂ ਦੇ ਨੋਰਮਲ ਸੱਟਾਂ ਲੱਗੀਆਂ ਨੇ, ਸਿੱਧਾ ਦੁਕਾਨ ਦੇ ਵਿੱਚ ਜਾ ਕੇ ਵੱਜਿਆ ਜੀ, ਗੱਡੀ ਬਹੁਤ ਤੇਜ਼ ਸੀ, ਉਹ ਸੰਭਾਲੀ ਨਹੀਂ ਗਈ ਗੱਡੀ। ਚਲੋ ਅਸੀਂ ਮੱਲੇ ਵਿੱਚ ਇਹਨੂੰ ਕੁਛ ਕਿਹਾ ਨਹੀਂ, ਉਹ ਕਹਿੰਦਾ ਜੀ ਕੋਈ ਗੱਲ ਨਹੀਂ, ਸਾਡੇ ਨਾਲ ਚੋੜਾ ਬੱਜੀ 'ਚ ਥੋੜ੍ਹੀ ਜੀ ਸਾਡੇ ਨਾਲ ਗਰਮਾ ਗਰਮੀ ਹੋ ਗਈ। ਦੇਖੋ ਗੱਡੀ, ਇੰਨੀ ਤੇਜ਼ ਗੱਡੀ ਵੱਜੀ ਆ, ਏਅਰ ਬੈਗ ਖੁੱਲ ਗਏ ਦੋਨੇ, ਦੋਨੋਂ ਏਅਰ ਬੈਗ ਖੁੱਲ ਗਏ, ਗੱਡੀ ਬਹੁਤ ਤੇਜ਼ ਸੀ, ਸਾਡਾ ਪਿੱਲੇ ਵਾਲੀ ਸ਼ਟਰ ਸਭ ਗਿਆ ਜੀ। ਕਿੰਨਾ ਕਿ ਡਿਸਟੈਂਸ ਹੈ ਜੀ ਉਰੋਂ? ਇਹ ਵੱਧ ਤੋਂ ਵੱਧ ਸਾਡੇ ਤੋਂ 30 ਫੁੱਟ ਦਾ ਸਟੈਂਡ ਹੈ ਸਾਰਾ। ਮੈਂ 30 ਫੁੱਟ ਦੇ ਰੇਂਜ ਦੇ ਵਿੱਚ ਇੰਨੀ 30 ਸਪੀਡ ਤੇ ਆ ਰਿਹਾ ਸੀ, ਬਹੁਤ ਜ਼ਿਆਦਾ ਸਪੀਡ, ਏਅਰ ਬੈਗ ਖੁੱਲ ਗਿਆ, ਏਅਰ ਬੈਗ ਖੁੱਲ ਗਏ ਜੀ, 30 ਸਪੀਡ, ਦੇਖੋ 30 ਫੁੱਟ ਦੀ ਜਗ੍ਹਾ ਤੋਂ ਏਅਰ ਬੈਗ ਖੁੱਲ ਗਏ ਜੀ ਗੱਡੀ ਦੇ, ਤੇ ਆਪੇ ਹਿਸਾਬ ਲਾ ਲਓ ਕਿੰਨੀ ਗੱਡੀ ਤੇਜ਼, ਕਿੰਨੀ ਸਪੀਡ ਹੋਣੀ ਗੱਡੀ ਦੀ, ਕੀ ਸਰਕਾਰ ਹੈ ਜੀ, ਕੀ ਮੈਟਰ ਹੈਗਾ ਜੀ? ਇੱਕ ਕਾਰ CRV ਹੋਂਡਾ ਚੰਡੀਗੜ੍ਹ ਨੰਬਰ ਹੀ ਹੈ, CH01BD0818। ਇਹ ਲਹਿਰ ਕਮਿਊਨੀਕੇਸ਼ਨ ਨਾਮ ਦੀ ਦੁਕਾਨ ਨੂੰ ਹਿੱਟ ਕੀਤਾ ਇਹਨੇ, ਇਹਦੇ ਵਿੱਚ ਬੱਚੇ ਸੀ ਛੋਟੇ, ਅਤੇ ਬਚਾ ਰਹਿ ਗਿਆ ਵੈਸੇ ਬੱਚਿਆਂ ਦਾ, ਅਤੇ ਗੱਡੀ ਅਸੀਂ ਆਪਣੇ ਕਬਜ਼ੇ 'ਚ ਲੈ ਲਈ ਹੈ, ਥਾਣੇ ਲਏ ਹਾਂ, ਅਤੇ ਅਗਲੀ ਕਾਰਵਾਈ ਕਰ ਰਹੇ ਹਾਂ, ਜੋ ਬਣ ਪਾਊਗਾ, ਜੋ ਕਾਨੂੰਨ ਅਨੁਸਾਰ ਕਾਰਵਾਈ ਬਣਦੀ ਆ ਉਹ ਅਮਲ ਵਿੱਚ ਲਿਆਂਦੀ ਜਾਏਗੀ। ਸੀਸੀਟੀਵੀ ਕੈਮਰਾ ਫੁਟੇਜ ਵੀ ਸਾਹਮਣੇ, ਕੋਈ ਰਿਕਸ਼ਾ ਵਗੈਰਾ ਨਹੀਂ ਮਾਰਨ ਦੀ ਹੋਈ ਆ ਕੋਈ? ਹਾਂ, CCTV ਫੁਟੇਜ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ, ਮੇਰੇ ਸਾਥੀ ਕਰਮਚਾਰੀ CCTV ਫੁਟੇਜ ਹਾਸਲ ਕਰਨ ਗਏ ਨੇ, ਅਤੇ ਉਸ ਤੋਂ ਬਾਅਦ ਦੇਖਦੇ ਹਾਂ। ਕੋਈ ਹੋਰ ਨੁਕਸਾਨ ਵੀ ਹੋਇਆ ਦੁਕਾਨ ਤੋਂ ਇਲਾਵਾ, ਕਿਸੇ ਰਿਕਸ਼ੇ ਵਾਲੇ ਦਾ ਜਾਂ ਬੱਚਿਆਂ ਦਾ ਕੋਈ? ਨਹੀਂ, ਹੋਰ ਕੋਈ ਨੁਕਸਾਨ ਨਹੀਂ ਹੋਇਆ, ਦੁਕਾਨ ਦਾ ਹੀ ਨੁਕਸਾਨ ਹੋਇਆ, ਔਰ ਇੱਕ ਛੋਟੇ ਬੱਚੇ ਦੇ ਜਿਹੜੇ ਉਹਦੇ ਨਾਲ ਬੈਠੇ ਸੀ ਉਹਦੇ ਠੋਡੀ 'ਤੇ ਥੋੜ੍ਹੀ ਸੱਟ ਵੱਜੀ ਹੈ। ਜੋ ਕਾਰਵਾਈ ਅਮਲ 'ਚ ਕਾਨੂੰਨ ਅਨੁਸਾਰ ਬਣਦੀ ਹੈ ਉਹ ਅਮਲ 'ਚ ਲਿਆਂਦੀ ਜਾਏਗੀ। ਪਟਿਆਲਾ ਤੋਂ ਅਮਨਦੀਪ ਸਿੰਘ ਦੀ ਰਿਪੋਰਟ। ਵਧੇਰੇ ਖਬਰਾਂ ਲਈ ਤੁਸੀਂ ਦੇਖਦੇ ਰਹੋ ਅਜੀਤ ਵੈਬ TV।